ਹੁਸ਼ਿਆਰਪੁਰ ਦੀ ਪ੍ਰਸਿੱਧ ਲੇਖਿਕਾ ਜੋਤੀ ਖੰਨਾ ਵੱਲੋਂ ਲਿਖੀ ਪੁਸਤਕ ਸਵੈ ਸੇ ਸਵੈ ਤੱਕ ਦਾ ਵਿਮੋਚਨ ਕੀਤਾ ਗਿਆ। ਇਸ ਮੌਕੇ ਤੇ ਸਾਬਕਾ MP ਅਵਿਨਾਸ਼ ਰਾਏ ਖੰਨਾ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਪੁਸਤਕ ਦਾ ਵਿਮੋਚਨ ਕੀਤਾ ਅਤੇ ਡਾਕਟਰ ਜੋਤੀ ਖੰਨਾ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਕੌਮੀ ਸਾਹਿਤਕ ਸੰਸਥਾ ਸ਼ਬਰਾਕਸ਼ਰ ਵੱਲੋਂ ਪੰਜਾਬ ਪ੍ਰਧਾਨ ਡਾਕਟਰ ਧਰਮਪਾਲ ਸਾਹਿਬ ਦੀ ਅਗਵਾਈ ਵਿੱਚ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਵੱਖ ਵੱਖ ਸਾਹਿਤਕਾਰਾਂ ਅਤੇ ਲੇਖਕਾਂ ਨੇ ਡਾਕਟਰ ਜੋਤੀ ਵੱਲੋਂ ਲਿਖੀ ਪੁਸਤਕ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵੀ ਆਪਣੀ ਲੇਖਣੀ ਦਾ ਕ੍ਰਮ ਨੂੰ ਜਾਰੀ ਰੱਖਣ ਦੀ ਪ੍ਰੇਰਣਾ ਦਿੱਤੀ। ਇਸ ਦੌਰਾਨ ਡਾਕਟਰ ਜੋਤੀ ਨੇ ਪੁਸਤਕ ਬਾਰੇ ਜਾਣਕਾਰੀ ਦਿੱਤੀ ਅਤੇ ਸਾਰਿਆਂ ਦਾ ਧੰਨਵਾਦ ਕੀਤਾ। ਸੰਦੀਪ ਡੋਗਰਾ ਦੇ ਨਾਲ ਕੈਮਰਾਮੈਨ ਇੰਦਰਜੀਤ ਸਿੰਘ ਦੀ ਰਿਪੋਰਟ। ਜੋਤੀ ਖੰਨਾ ਇੱਕ ਬਹੁਤ ਹੀ ਉਭਰਤੀ ਹੋਈ ਲੇਖਿਕਾ ਹੈ, ਇਸ 'ਤੇ ਕਾਫੀ ਕਿਤਾਬੇ ਲਿਖੀ ਹੈ। ਆਜ ਜੋ ਵੋ ਕਿਤਾਬ ਹੈ ਸਵੈ ਸੇ ਸਵੈ ਤੱਕ, ਉਸਕਾ ਵਿਮੋਚਨ ਹੋਣੇ ਜਾ ਰਹਾ ਹੈ। ਮੈਂ ਜੋਤੀ ਖੰਨਾ ਕੋ ਇਸ ਲਈ ਬਹੁਤ ਬਹੁਤ ਵਧਾਈ ਦਿੱਤਾ ਹੂੰ, ਕਿਉਂਕਿ ਆਪਣੇ ਵਿਚਾਰੋਂ ਮੇਂ ਕਲਮਬੱਧ ਕਰਨਾ ਔਰ ਉਸਕੋ ਜਨਤਾ ਕੇ ਸਾਹਮਣੇ ਪੇਸ਼ ਕਰਨਾ ਇੱਕ ਬਹੁਤ ਬੜਾ ਇੱਕ ਕਾਮ ਹੋਤਾ ਹੈ, ਜਿਸਕੋ ਜੋਤੀ ਖੰਨਾ ਨੇ ਬਖੂਬੀ ਕੀਆ ਹੈ। ਮੇਰੀ ਤਰਫ ਸੇ ਇਸਕੋ ਵੀ, ਪਬਲਿਸ਼ਰਸ ਕੋ ਵੀ, ਔਰ ਮੈਂ ਚਾਹੂੰਗਾ ਕਿ ਜਿਤਨੇ ਲੋਕ ਇਸਕੋ ਪੜ੍ਹੇ ਆਪਣਾ ਵਿਊ, ਆਪਣੇ ਕਮੈਂਟਸ ਜ਼ਰੂਰ ਦੇ, ਤਾਂ ਕਿ ਆਉਣੇ ਵਾਲੀ ਕਿਤਾਬੇ ਹੈ ਜੋ ਹੈ ਵੋ ਔਰ ਇੰਪਰੂਵਡ ਵੇ ਸੇ ਸਾਹਿਬ ਕੇ ਸਾਹਮਣੇ ਪੇਸ਼ ਕੀ ਜਾਏ। ਮੈਂ ਇੱਕ ਵਾਰ ਫਿਰ ਜੋਤੀ ਖੰਨਾ ਕੋ ਇਸ ਲਈ ਬਹੁਤ ਬਹੁਤ ਵਧਾਈ ਦਿੱਤਾ ਹੂੰ। ਕੌਣ ਕਹਿਤਾ ਹੈ ਅਮੀਰੀ ਮੇਂ ਨਸ਼ਾ ਹੈ, ਕੌਣ ਕਹਿਤਾ ਹੈ ਅਮੀਰੀ ਮੇਂ ਨਸ਼ਾ ਹੈ, ਸਾਥ ਹੈ ਕ੍ਰਿਸ਼ਨ ਤੋ ਸੁਦਾਮਾ ਹੋਣੇ ਮੇਂ ਵੀ ਮਜ਼ਾ ਹੈ। ਮੈਂ ਸਿਰਫ ਦੋ ਕਵਿਤਾਏ ਸੁਣਾਉਂਗੀ, ਛੋਟੀ ਛੋਟੀ ਹੈ। ਇੱਕ ਮੇਰੀ ਇਸ ਵਾਲੀ ਕਵਿ ਪੁਸਤਕ ਸੇ ਹੈ ਔਰ ਇੱਕ ਜੋ ਆਨੇ ਵਾਲੀ ਪੁਸਤਕ ਸੇ ਹੈ। ਪਹਿਲੇ ਇਸ ਵਾਲੀ ਪੁਸਤਕ ਸੇ, ਸਵ ਸੇ ਸਵ ਤੱਕ। ਅਬ ਇਸਕਾ ਜਵਾਬ ਰਜਨੀਸ਼ ਜੀ ਆਪਕੋ ਮਿਲ ਜਾਏਗਾ ਇਸਮੇਂ। ਕਈ ਬੰਧਨੋਂ ਸੇ ਪਰੇ ਹੈ ਯਹ ਹਮਾਰਾ ਆਤਮ ਸੰਬੰਧ, ਕਈ ਬੰਧਨੋਂ ਸੇ ਪਰੇ ਹੈ ਯਹ ਹਮਾਰਾ ਆਤਮ ਸੰਬੰਧ, ਨਸ਼ਵਰ ਔਰ ਦੀਰਘਕਾਲੀਨ, ਨਸ਼ਵਰ ਔਰ ਦੀਰਘਕਾਲੀਨ ਮੇਰਾ ਔਰ ਤੁਹਾਰਾ ਸੰਬੰਧ। ਸਵ ਸੇ ਸਵ ਤੱਕ ਵਿਆਪਤ, ਮਤਲਬ ਆਪਣੇ ਸੇ ਸ਼ੁਰੂ ਹੁਆ ਆਪਣੇ ਪੇ ਹੀ ਖਤਮ ਹੋ ਜਾਏਗਾ। ਸਵ ਸੇ ਸਵ ਤੱਕ ਵਿਆਪਤ, ਕਲ ਵੀ ਤੁਮ ਥੇ ਆਜ ਵੀ ਤੁਮ ਹੋ, ਪੂਰਵ ਜਨਮ ਅਪੂਰਨ ਤ੍ਰਿਸ਼ਨਾ, ਪੂਰਵ ਜਨਮ ਅਪੂਰਨ ਤ੍ਰਿਸ਼ਨਾ, ਕੇਵਲ ਤੁਮ ਸੇ ਹੀ ਹੋਗੀ ਪੂਰਨ ਕ੍ਰਿਸ਼ਨਾ, ਆਦਿ ਤੁਮ ਅੰਤ ਵੀ ਤੁਮ, ਆਦਿ ਤੁਮ ਅੰਤ ਵੀ ਤੁਮ, ਮੇਰਾ ਔਰ ਤੁਮਹਾਰਾ ਯੇ ਪ੍ਰੇਮ ਬੰਧਨ। ਉਰਮੇ ਮੇਰੇ ਤੁਮ ਹੀ ਤੁਮ, ਉਰ ਮੀਨਸ ਹਿਰਦੈ ਮਨ, ਉਰਮੇ ਮੇਰੇ ਤੁਮ ਹੀ ਤੁਮ, ਮੇਰੀ ਅਸੰਭਵ ਤ੍ਰਿਪਤੀ ਹੋ ਤੁਮ, ਜੀਵਨ ਵ੍ਰਿਤ ਕਾ ਕੇਂਦਰ ਹੋ ਤੁਮ, ਆਜ ਵੀ ਤੁਮ ਕਲ ਵੀ ਤੁਮ, ਕ੍ਰਿਸ਼ਨ ਕੇਵਲ ਤੁਮ, ਤੁਮ ਮੇ ਮੈਂ ਮੁਝ ਮੇ ਤੁਮ, ਤੁਮ ਮੇ ਮੈਂ ਮੁਝ ਮੇ ਤੁਮ, ਵੋ ਇੱਕ ਪਰਮ ਤੱਤਵ ਕਿਉਂਕਿ ਏਕ ਹੈ ਹਮ, ਤੁਮਹਾਰੇ ਸਵ ਮੇ ਮੈਂ ਹੀ ਮੈਂ ਹੂੰ, ਤੁਮਹਾਰੇ ਸਵ ਮੇ ਮੈਂ ਹੀ ਮੈਂ ਹੂੰ, ਮੇਰੇ ਸਵ ਮੇ ਤੁਮ ਹੀ ਤੁਮ ਹੋ, ਸਵ ਕੀ ਇਸ ਯਾਤਰਾ ਮੇ ਸੰਗ ਚਲੇਂਗੇ ਹਮ ਤੁਮ ਤੁਮ ਹਮ, ਅੰਤ ਸਮੇਂ ਵਿਲੀਨ ਕਰ ਲੈਣਾ, ਅੰਤ ਸਮੇਂ ਵਿਲੀਨ ਕਰ ਲੈਣਾ, ਆਪਣੇ ਹਿਰਦੇ ਮੇਂ ਭਰ ਲੈਣਾ, ਹਮੇ ਸੇ ਹਮੇ ਸਮਾਪਤ ਕਰ ਦੇਣਾ, ਹਮੇ ਸੇ ਹਮੇ ਸਮਾਪਤ ਕਰ ਦੇਣਾ, ਸ਼ੇਸ਼ ਰਹਿ ਜਾਏ ਕੇਵਲ ਕ੍ਰਿਸ਼ਨਾ, ਸ਼ੇਸ਼ ਰਹਿ ਜਾਏ ਕੇਵਲ ਕ੍ਰਿਸ਼ਨਾ, ਕੇਵਲ ਕ੍ਰਿਸ਼ਨਾ ਤੁਮ ਮੇਰੀ ਇਸ ਯਾਤਰਾ ਕੋ ਪੂਰਨ ਕਰ ਦੇਣਾ। ਤੋ ਯੇ ਹੈ ਮੇਰਾ ਸਵ ਸੇ ਸਵ ਤੱਕ ਕਾ ਸਫ਼ਰ। ਅਬ ਇੱਕ ਸਵਾਲ ਹੈ ਬੜਾ ਸਾਧਾਰਨ ਸਾ, ਕਿਉਂਕਿ ਸਰ ਨੇ ਬਹੁਤ ਸੁੰਦਰ ਢੰਗ ਸੇ ਬੋਲਾ ਹੈ ਕਿ ਕਵਿਤਾ ਕਿਆ ਹੋਤੀ ਹੈ, ਜਿਸੇ ਕਹਾ ਨਾ ਜਾਏ, ਸਹਾ ਨਾ ਜਾਏ, ਬੋਲਾ ਨਾ ਜਾਏ, ਦੇਖਾ ਨਾ ਜਾਏ, ਲਿਖਾ ਨਾ ਜਾਏ, ਤੋ ਅੰਤ ਮੇਂ ਕਿਆ ਹੋਤਾ ਵੋ ਭਾਵ ਬਨ ਜਾਤੇ ਹੈ, ਫੀਲਿੰਗਸ ਬਨ ਜਾਤੀ ਹੈ, ਜੋ ਕਿ ਸ਼ਬਦੋਂ ਕਾ ਰੂਪ ਲੇਕਰ ਕਲਮ ਕੇ ਮਾਧਿਅਮ ਸੇ ਕਾਗਜ਼ ਪਰ ਆਪਣੇ ਆਪ ਹੀ ਆ ਜਾਤੀ ਹੈ। ਪਤਾ ਨਹੀਂ ਹੋਤਾ, ਕੋਈ ਨਹੀਂ ਸੋਚਤਾ ਮੈਂ ਕਵਿਤਾ ਲਿਖਨੇ ਬੈਠਾ ਹੂੰ, ਮੈਂ ਤੋ ਖਾਲੀ ਵਰਿਕਸ਼ ਕੋ ਦੇਖ ਕੇ ਹੀ ਸਵਯਮ ਕੋ ਵਰਿਕਸ਼ ਮਾਨ ਕੇ ਲਿਖਣਾ ਸ਼ੁਰੂ ਕਰ ਦੇਤੀ। ਕੁਛ ਇੱਕ ਐਸਾ ਥੋੜਾ ਸਾ ਇੱਕ ਬੜਾ ਜਨਰਲ ਸਾ ਟੌਪਿਕ ਹੈ, ਆਪ ਹੀ ਸੋਚੇਂਗੇ ਆਪਕੇ ਆਸ ਪਾਸ ਹੋਤਾ ਹੈ, ਇੱਕ ਸਧਾਰਨ ਸਾ ਪ੍ਰਸ਼ਨ ਹੈ, ਕਿਆ ਮੌਤ ਏਕ ਹੀ ਬਾਰ ਮਾਰਤੀ ਹੈ, ਕਿਆ ਮ੍ਰਿਤਯੂ ਇਨਸਾਨ ਕੋ ਏਕ ਹੀ ਬਾਰ ਮਾਰਤੀ ਹੈ, ਅਬ ਆਪ ਦੇਖਣਾ ਕਹਾਂ ਕਹਾਂ ਮਾਰਤੀ ਹੈ, ਕੌਣ ਕਹਿਤਾ ਹੈ ਮੌਤ ਏਕ ਹੀ ਬਾਰ ਮਾਰਤੀ ਹੈ,
कहते हैं, ऐसा मैंने भी सुना है कि मौत एक ही बार मारती है, पर जरा पूछो, जरा किससे पूछो? धनहीन से, गरीब से, बीमारी ग्रसित मरीज से, जलन रखने वाले ईर्ष्यालु से, नाकाबिल इंसान से, बार बार असफल हो रहे आदमी से, परीक्षा में हुए नाकामयाब से, मैंने पूछा है निसंतान से, बेकदरी के शिकार से, हारे हुए नेता से, असफल अभिनेता से, वृद्धाश्रम में छोड़े हुए माँ बाप से, दरिद्र से, बेकसूर कैदी से, नन्हे अपराधी से, एक अनचाही माँ से, कोख में मारी गई कन्या से, पूछा है विधवा औरत से, बाल मजदूर से, धन के कर्जदार से, गुलामी में जकड़े इंसान से, हर जरूरतमंद से, तुम जरा पूछना एक बार किसी अक्लमंद से, घरों में काम करने वाली आया से, पूछो बाजार में बैठी वैश्या से, पूछो गली के भिखारी से, अस्पताल में मरते रोगी से, धोखा खाए हुए व्यक्ति से, ना बोल पाने वाले बेजुबान से, पूछना कभी क्या मौत एक ही बार मारती है, पूछना कभी प्रेम में हारे हुए प्रेमी से, एक तरफा प्यार करने वाले प्रेमी से, बंटवारे के शिकार माँ बाप से, वक्त मिले तो पूछना जरूर इन सब से एक बार कि क्या मौत एक ही बार मारती है। मौत तो नाम से ही बदनाम है, वरना इंसान तो तभी मर जाता है जब कोई याद करने वाला ना हो। वास्तव में मारने वाली तो जिंदगी है, पल पल मारती है। जिंदा इंसान मरता है अपमान से, जिंदा इंसान मरता है अपमान से, अपूर्ण इच्छा और अधूरे अरमान से, खुश रहता है महलों में, डरता है शमशान से, खुश रहता है महलों में पर डरता है शमशान से। किसी के घर में मृत्यु हो जाए ना, बड़ा डर लगता है जब उसको लेके जाते हैं, रूह कांप जाती है। मैं बहुत डरती थी, लेकिन ये डर भी निकल गया जब अपने हाथों से अपने माँ बाप को भेजा, मदर इन लॉ, फादर इन लॉ को, रूह कांपती है। खुश रहता है महलों में, डरता है शमशान से, वास्तविकता है यही सबकी, वास्तविकता है यही सबकी, बेगैरत मरता नहीं काया जल जाने से, बेगैरत कभी नहीं मरता, चाहे उसका शरीर मर जाए कुछ नहीं होता उसका, बेगैरत मरता नहीं काया जल जाने से, गैरतमंद तो मर जाता है स्वाभिमान से, गैरतमंद तो मर जाता है स्वाभिमान से, पर मरता है शान से। सो मारती है जिंदगी जनाब, मौत तो एक ही बार मारती है बेचारे। सो धन्यवाद मुझे बोलने का मौका दिया। तो ऐसी सोच रखती हूँ, थोड़ा सा संवेदनशील होने के कारण इस तरह की कविताएं लिखती रहती हूँ। नमस्कार जी, सबसे पहले तो मैं हार्दिक अभिनंदन करती हूँ खन्ना जी का, और मेरी जो राष्ट्रीय साहित्यिक संस्था है शब्दाक्षर, जिनके माध्यम से मैं अपनी किताब आज आप सबके सामने पेश कर पाई। और स्व से स्व तक मेरी ये जो किताब है, इसका अनावरण आज किया गया शब्दाक्षर संस्था द्वारा और हमारे आदरणीय श्री अविनाश राय खन्ना जी द्वारा। तो इस पुस्तक को लिखने के पीछे का मेरा जो विचार है वो यही है कि जब इंसान पूरे जन्म में अपनी अपूर्ण इच्छाएँ अधूरी छोड़ देता है, तो उसको पूरा करने के लिए फिर नया जन्म लेता है। तो ये स्व से स्व तक की एक यात्रा है। तो मैं बहुत बहुत धन्यवाद करती हूँ यहाँ आज के इस मेरे कार्यक्रम में पहुँचे हुए सभी गणमान्य जनों का, और विशेष रूप से अविनाश राय खन्ना जी का, और मेरी राष्ट्रीय साहित्यिक संस्था शब्दाक्षर का। और अंत में मैं आप सबको हार्दिक अभिनंदन देती हूँ आज के हमारे मुख्य पर्व वैसाखी का, जो कि हमारे पंजाबियों का मुख्य त्यौहार है, और भीमराव अम्बेडकर जी के जन्म दिवस पर भी मैं आपका हार्दिक अभिनंदन करती हूँ। और अंत में एक बार फिर से हार्दिक शुभकामनाएं, हार्दिक धन्यवाद करती हूँ आज के मेरे इस अवसर पर पहुँचे हुए सभी गणमान्य जनों का।